ਪਟਿਆਲਾ ਦੇ ਹੋਟਲ ਦਿੱਲੀ ਪਲਾਜ਼ਾ ਵਿਖੇ ਪੰਜਾਬ ਐਂਡ ਸਿੰਧ ਬੈਂਕ ਤੇ ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿੱਚ ਬੈਂਕ ਦੇ ਗਾਹਕ ਮੌਜੂਦ ਰਹੇ ਤੇ ਇਸ ਮੌਕੇ ਤੇ ਜੱਜ ਗੋਬਿੰਦਰ ਸਿੰਘ ਮਠਾੜੂ, ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ BPS ਕਵਲ ਅਤੇ ਹੋਰ ਅਧਿਕਾਰੀ ਮੌਜੂਦ ਰਹੇ, ਜਿਨ੍ਹਾਂ ਨੇ ਆਪਣੇ ਕਸਟਮਰਾਂ ਨੂੰ ਭ੍ਰਿਸ਼ਟਾਚਾਰ ਖਿਲਾਫ ਨਿਤਰਾਂ ਲਈ ਪ੍ਰੇਰਿਤ ਕੀਤਾ। ਜੋ ਕਿ ਅਸੀਂ 30 ਅਕਤੂਬਰ ਤੋਂ ਲੈ ਕੇ 4 ਨਵੰਬਰ ਤੱਕ ਮਨਾ ਰਹੇ ਹਾਂ, ਉਹਦੇ ਉਸੇ ਲੜੀ ਦੇ ਅਧੀਨ ਅੱਜ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਆਫਿਸ ਪਟਿਆਲਾ ਵੱਲੋਂ ਇੱਥੇ ਅਸੀਂ ਟੌਕ ਰੱਖੀ ਸੀ, ਜਿਹਦੇ ਵਿੱਚ ਜੱਜ ਸਾਹਿਬ ਸ਼੍ਰੀ ਮਥਾਰੂ ਜੀ, ਜੋ ਕਿ ਚੇਅਰਮੈਨ ਹੈਗੇ ਨੇ ਪਰਮਾਨੈਂਟ ਲੋਕ ਅਦਾਲਤ ਪਟਿਆਲਾ ਦੇ, ਉਹਨਾਂ ਨੇ ਆਪਣੇ ਵਿਚਾਰ ਸਾਡੇ ਸਾਰਿਆਂ ਨਾਲ ਸਾਂਝੇ ਕੀਤੇ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੱਜ ਸਾਹਿਬ ਦਾ ਕਿ ਉਹਨਾਂ ਨੇ ਜੁਡੀਸ਼ਰੀ ਦੇ ਐਂਗਲ ਤੋਂ ਜੋ ਕਰਪਸ਼ਨ ਸਾਡੀ ਸੋਸਾਇਟੀ ਵਿੱਚ ਚੱਲ ਰਹੀ ਹੈ ਉਹਨੂੰ ਵੀ ਕਰਵ ਕਰਨ ਲਈ ਆਪਣੇ ਵਿਚਾਰ ਪ੍ਰਗਟ ਕੀਤੇ, ਅਤੇ ਮੈਂ ਆਪਣੇ ਜਿਹੜੇ ਸਾਡੇ ਇੱਥੇ ਗਾਹਕ ਅਤੇ ਸਾਰੇ ਸਟਾਫ ਵਾਲੇ ਆਏ ਹੋਏ ਸੀ, ਉਹਨਾਂ ਦੇ ਵਿੱਚ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਦਰਸਾਇਆ ਕਿ ਜੇ ਸਾਰੇ ਆਪਣਾ ਆਪਣਾ ਕੰਮ ਪ੍ਰੋਪਰ ਕਰਦੇ ਰਹਿਣ ਅਤੇ ਜਿਹੜੀ ਕਰਪਸ਼ਨ ਦੀ ਜਿਹੜੀ ਸਾਡੇ ਵਿੱਚ ਇਹ ਬਿਮਾਰੀ ਚੱਲ ਰਹੀ ਹੈ ਉਹ ਜਲਦ ਤੋਂ ਜਲਦ ਠੀਕ ਹੋ ਜਾਏਗੀ।